जिला बरनाला तो धनौला मंडी के वसनीक बहुत ही गरीब परिवार नाल संबंध रखता केवल सिंह अज अपनी बेटी के इलाज लिए दर दर दियां ठोकरां खा रहा है। धनौला के पत्रकार भाईचारे नूं जिदा इस गल का पता लग्या तां उन्होंने इस गरीब परिवार की सार ली। धनौला मंडी तो पत्रकार भाईचारे ने पंजाब सरकार अते प्रशासन तो पुरजोर मंग की है कि केवल सिंह की बेटी का इलाज करवाया जाए क्योंकि केवल सिंह की आर्थिक हालत ठीक नहीं है। ਭਾਜੀ ਮੇਰਾ ਨਾਮ ਹੈ ਰਾਮ ਸਿੰਘ। ਹਾਂਜੀ, ਇਹ ਤੁਸੀਂ ਅੱਜ ਇਸ ਘਰ ਜਿਹੜੇ ਆਏ ਹੋ ਤੁਸੀਂ ਜਿੱਥੇ ਸਮੱਸਿਆ ਕਾਫੀ ਜ਼ਿਆਦਾ ਆ ਬਿਮਾਰੀ ਦੀ, ਅਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਜੀ? ਬਾਈ ਜੀ, ਮੇਰੇ ਪਿੰਡ ਦੇ ਬੰਦੇ ਨੇ ਕਿ ਮੈਨੂੰ ਸੋਸ਼ਲ ਮੀਡੀਆ 'ਤੇ ਪਤਾ ਲੱਗਿਆ ਸੀਗਾ ਵੀ ਕੇਵਲ ਸਿੰਘ ਨਾਂ ਦਾ ਬੰਦਾ ਹੈਗਾ, ਉਹਦੀ ਵੀ ਤਿੰਨ ਬੇਟੀਆਂ ਨੇਗੀਆਂ, ਇੱਕ ਬੇਟਾ ਹੈ, ਉਹਨਾਂ ਦੀ ਮੈਸੇਜ ਸਾਰੇ ਹੀ ਬਿਮਾਰ ਨੇਗੇ, ਇਕੱਲਾ ਬੰਦਾ ਕਮਾਉਣ ਵਾਲਾ ਹੈਗਾ, ਇਹ ਮਤਲਬ ਲੱਖ ਰੁਪਏ ਨੇ ਤਾਂ ਜਿੱਥੇ ਕੰਮ ਕਰਦਾ ਉੱਥੋਂ ਲੈ ਕੇ ਖਰਚ ਚੁੱਕਿਆ, ਤਾਂ ਘਰ ਬਾਰ ਵੀ ਸੇਲ ਹੋ ਚੁੱਕਿਆ ਹੈਗਾ ਔਰ ਇਹ ਹੁਣੇ ਮਜਬੂਰ ਹੋ ਚੁੱਕਿਆ ਸੀਗਾ। ਜਦੋਂ ਮੈਨੂੰ ਪਤਾ ਲੱਗਿਆ ਬਾਈ ਜੀ, ਮੈਂ ਇਹਨਾਂ ਦੀ ਵਿੱਤੀ ਮਦਦ ਆਪਦੇ ਅਨੁਸਾਰ ਜਿੰਨੀ ਕੁ ਸੀਗੀ ਕਰੀ, ਮੈਂ ਆਪਦੇ ਦੋਸਤਾਂ ਮਿੱਤਰਾਂ ਨੂੰ ਬੁਲਾਇਆ, ਇੱਕ ਮੁੰਡਾ ਸਰਬਜੀਤ ASI ਮੇਰਾ ਮਿੱਤਰ ਮੁੰਡਾ ਤਾਪੇ ਤੋਂ, ਉਹ ਇਹਨਾਂ ਨੂੰ ਕੱਲ੍ਹ ਦੇ ਕੇ ਗਿਆ 5000 ਰੁਪਏ ਦੀ ਰਾਸ਼ੀ ਦੇ ਕੇ ਗਿਆ, ਸੌਦਾ ਪਤਾ ਦੇ ਗਿਆ। ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਵਾਏਗਾ ਬਾਈ ਜੀ ਵੀ ਕੋਈ ਰਾਸ਼ਨ ਪਾਣੀ ਬਿਲ ਬੋਲਦਾ ਵੀ ਜਿੰਨਾ ਕੁ ਮੈਥੋਂ ਹੋ ਸਕਿਆ ਮੈਂ ਕਰੂੰਗਾ, ਔਰ ਜਿਹੜੇ ਮੇਰੇ ਮਿੱਤਰ ਨੇਗੇ ਕੋਈ ਕੈਨੇਡਾ ਅਮਰੀਕਾ ਜਿੱਥੇ ਵੀ ਹੈ ਕਹਿੰਦੇ, ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ, ਉਹਨਾਂ ਨੇ ਵੀ ਕਿਹਾ ਹੈਗਾ ਵੀ ਫੰਡ ਭੇਜਾਂਗੇ ਵੀ ਤੁਸੀਂ ਇਲਾਜ ਕਰਵਾਓ, ਕਿਸੇ ਗੱਲੋਂ ਵੀ ਅਸੀਂ ਤੋੜ ਨਹੀਂ ਆਉਂਦੇ। ਤੁਸੀਂ ਪ੍ਰਸ਼ਾਸਨ ਤੇ ਸਰਕਾਰ ਤੋਂ ਕੀ ਮੰਗ ਕਰਦੇ ਇਸ ਪਰਿਵਾਰ? ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕਰਦੇ ਆ ਬਾਈ ਜੀ, ਪਿਛਲੇ ਦਿਨੀ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀਗਾ, ਉਹਦਾ ਤਾਂ ਸਕਿੰਟਾਂ ਦੇ ਹਿਸਾਬ ਨਾਲ ਇਲਾਜ ਹੋ ਗਿਆ ਹੈ ਨਾ ਜੀ, ਹੱਥ ਉਹਦਾ ਜੋੜਤਾ, ਪਰ ਇਹ ਗਰੀਬ ਘਰ ਹੈ, ਇਹਦੇ ਕਰੀ ਨਾ ਕੋਈ ਸਰਕਾਰ ਦੇਖ ਰਹੀ ਨਾ ਕੋਈ ਪ੍ਰਸ਼ਾਸਨ ਦੇਖ ਰਹੀ ਹੈ। ਮੇਰੀ ਸਰਕਾਰ ਨੂੰ ਇਹੀ ਅਪੀਲ ਹੈ ਵੀ ਉਹਦੇ ਮੰਗੂ ਇਹਨਾਂ ਦੇ ਪਰਿਵਾਰ ਕੰਨੀ ਵੀ ਦੇਖ ਕੇ ਇਹ ਬੱਚਿਆਂ ਦਾ ਇਲਾਜ ਕਰਵਾਇਆ ਜਾਵੇ, ਤੁਹਾਨੂੰ ਬਣਦੀ ਸਹਾਇਤਾ ਜਿਹੜੀ ਕੇਵਲ ਸਿੰਘ ਨੂੰ ਦਿੱਤੀ ਜਾਵੇ ਜੀ। ਆਪਣਾ ਆਪਣੇ ਨਾਂ ਕੇਵਲ ਸਿੰਘ ਆ ਬਾਈ ਜੀ। ਕੀ ਸਮੱਸਿਆ ਜੀ ਆਪਣੀ? ਸਮੱਸਿਆ ਇਹ ਵੀ ਜਿਵੇਂ ਗੁੜੀਆਂ ਨੇ ਜੀ, ਬੇਟੀਆਂ ਤਿੰਨ, ਯਾਨੀ ਕਿ ਬੜੀ ਪ੍ਰੋਬਲਮ ਦੇ ਵਿੱਚ ਨੇ ਸਰ। ਉੱਧਰੋਂ ਤਾਂ ਜੀ ਹੁਣ ਕੋਈ ਕਾਰੋਬਾਰ ਨਹੀਂ ਚੱਲਦਾ ਹੈਗਾ, ਲੋਕਡਾਊਨ ਦੇ ਵਿੱਚ ਆ ਕੇ ਜੀ ਯਾਨੀ ਕਿ ਬਹੁਤ ਜ਼ਿਆਦਾ ਸਾਨੂੰ ਪ੍ਰੋਬਲਮ ਹੋਈ ਪਈ ਆ। ਮੈਂ ਯਾਨੀ ਕਿ ਆਪਣੇ ਰਜਵਾੜੇ ਢਾਬੇ 'ਤੇ ਨੌਕਰੀ ਕਰਦਾ, ਉੱਥੋਂ ਉਹਨਾਂ ਤੋਂ ਵੀ 1.5 ਲੱਖ ਰੁਪਇਆ ਲੈ ਕੇ ਮੈਂ ਇਹਨਾਂ ਦੇ ਉੱਤੇ ਬੱਚਿਆਂ 'ਤੇ ਲਾਇਆ, ਹੋਰ ਵੀ ਉਹ ਬਹੁਤ ਪਾਈਆਂ ਤੋਂ ਪੈਸੇ ਵੱਟ ਕੇ ਜੀ ਇਹਨਾਂ ਦੇ। ਬੱਚਿਆਂ ਨੂੰ ਕੀ ਸਮੱਸਿਆ ਕੀ ਹੈ ਬੱਚਿਆਂ ਨੂੰ ਜੀ? ਸਮੱਸਿਆ ਨੂੰ ਜੀ, ਵੱਡੀ ਬੇਟੀ ਆਈ ਜਿਹੜੀ ਜੋਤੀ ਕੌਰ ਆ, ਉਹਨੂੰ ਲਕਵਾ ਹੋਇਆ ਜੀ, 8-9 ਸਾਲ ਹੋ ਗਏ ਮੰਜੇ 'ਤੇ ਪਈ ਨੂੰ, ਯਾਨੀ ਕਿ ਹੁਣ ਉਹਨੂੰ ਪ੍ਰੋਬਲਮ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ, ਕੁਛ ਜ਼ਖਮ ਉਹਦੇ ਇਹੋ ਜਿਹੀ ਜਗ੍ਹਾ 'ਤੇ ਹੋ ਗਏ ਕਿ ਉਸ ਥਾਂ 'ਤੇ ਜਿੱਥੇ ਕੀੜੇ ਚੱਲੇ ਪਏ ਨੇਗੇ, ਯਾਨੀ ਕਿ ਬਹੁਤ ਜ਼ਿਆਦਾ ਦਿੱਕਤ ਹੋਈ। ਕੋਈ ਪ੍ਰਸ਼ਾਸਨ ਕਰਨੀ, ਸਰਕਾਰ ਕਰਨੀ ਕੋਈ ਮਦਦ ਜੀ? ਨਹੀਂ ਜੀ, ਸਾਨੂੰ ਕੋਈ ਕਿਸੇ ਵੱਲੋਂ ਮਦਦ ਨਹੀਂ ਹੋਈ, ਹੁਣ ਤਾਂ ਵੀਰ ਜੀਆਂ ਨੇ ਇੱਧਰੋਂ ਵੀ ਅਸੀਂ ਅਰਜ਼ੀ ਕੀਤੀ ਸੀਗੀ ਅਤੇ ਵੀਰ ਜੀ ਅੱਗੇ ਬੇਨਤੀ ਕੀਤੀ ਅਤੇ ਉਹਨਾਂ ਨੇ ਆ ਕੇ ਸਾਡੀ ਹੈਲਪ ਕੀਤੀ ਹੈ ਜੀ, ਪੱਤਰਕਾਰ ਵੀਰ ਆਪਣੇ ਰਾਮ ਸਿੰਘ ਜੀ ਨੇ। ਅਵਤਾਰ ਸਿੰਘ ਕਾਕਾ ਦੀ ਰਿਪੋਰਟ, KDT ਨਿਊਜ਼ TV ਬਰਨਾਲਾ।